ਸਾਨੂੰ ਪਤਾ ਵੀ ਸਾਡੇ ਮਾਂ 70 ਰੁਪਏ ਕਿਲੋ ਵਿਕਣੇ ਆ ਤੇ ਅਸੀਂ ਵੱਧ ਤੋਂ ਵੱਧ ਆਪਣੇ ਮਾਂ ਬੀਜਾਂਗੇ, ਸਾਨੂੰ ਫਸਲੀ ਚੱਕਰ 'ਚ ਅਸੀਂ ਬਾਹਰ ਨਿਕਲਾਂਗੇ। ਜੇ ਜਿੱਤ ਕੇ ਨਹੀਂ ਜਾਂਦੇ ਸਾਡਾ ਬਹੁਤ ਵੱਡਾ ਨੁਕਸਾਨ ਇਹ ਚੀਜ਼ ਦਾ। ਜਿੰਨਾ ਹੀ ਸਾਡੇ ਵੇਖੋ ਲੋਕ ਘਰਾਂ ਤੋਂ ਟਰੈਕਟਰ ਲੈ ਕੇ ਆਏ ਆ, ਆਪਣਾ ਕੰਮ ਕਰ ਛੱਡ ਕੇ ਸਾਰਾ ਆਏ ਆ, ਜੇ ਆਪਾਂ ਨਹੀਂ ਲੈ ਕੇ ਬੰਦ ਲੋ ਜਾਂਦੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆ। ਬਾਕੀ ਦੂਜੀ ਗੱਲ ਇਹ ਵੀ ਅਸੀਂ ਇੱਥੋਂ ਜਾਵਾਂਗੇ ਜਿੱਤ ਕੇ, ਜੇ ਸਰਕਾਰ ਬਣਦੀ ਆ ਤਾਂ ਵੀ ਠੀਕ, ਨਾ ਮੰਨਦੇ ਦਿੱਲੀ ਕੂਚ ਕਰਾਂਗੇ, ਸਾਰੇ ਵਿਚਾਰਾਂ ਕਰਨ ਡਿਆ ਵੀ ਹੁਣ ਅੱਗੇ ਕੀ ਬਣਨਾ ਵਾ। ਆਪਣੇ ਪਿੰਡਾਂ ਦੀਆਂ ਮੀਟਿੰਗਾਂ ਲਾਉਣ ਡਏ ਆ ਵੀ ਅਸੀਂ ਪਿੰਡਾਂ ਬਾਰੇ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ, ਲੋਕਾਂ ਨੂੰ ਕਿਸੇ ਦੇ ਮਨ ਵਿੱਚ ਸ਼ੰਕਾ ਨਾ ਹੋਵੇ ਵੀ ਅਸੀਂ ਜਿੱਤ ਕੇ ਨਹੀਂ ਜਾਣਾ। 2020 ਦੀ ਗੱਲ ਕਰਦੇ ਹਨਾ, ਹਾਂਜੀ ਹਾਂਜੀ, ਤਾਂ ਟੈਗ ਉਦੋਂ ਵੀ ਦਿੱਤੇ ਗਏ ਖਾਲਿਸਤਾਨੀ ਆ, ਅੱਤਵਾਦੀ ਆ, ਹੁਣ ਵੀ ਦਿੱਤੇ ਜਾ ਰਹੇ ਨੇ, ਤੇ ਉਹ ਕਹਿੰਦੇ ਆ ਕਿ ਇਸ ਵਾਰੀ ਜਿਹੜਾ ਢੰਗ ਹੈਗਾ ਕਿਸਾਨਾਂ ਦਾ ਉਹ ਸਹੀ ਨਹੀਂ ਹੈਗਾ ਅੰਦੋਲਨ ਕਰਨ ਦਾ। ਵੇਖੋ ਜੀ, ਇਹ ਤੇ ਉਹਨਾਂ ਦੇ ਆਪਣੀ ਸੋਚ ਆ ਨਾ, ਸਾਡਾ ਢੰਗ ਉਹੀ ਆ, ਅਸੀਂ ਆਪਣੇ ਜਿਹੜੇ ਆ ਸ਼ਾਦਮੀ ਬੈਠੇ ਆ, ਸ਼ਾਦਮੀ ਅੱਗੇ ਜਾਣਾ ਵਾ। ਉਹ ਦੇ ਟਰੈਕਟਰ ਟਰਾਲੀਆਂ ਇਸ ਵਾਰੀ ਰਾਸ਼ਨ ਭਰ ਕੇ ਲੈ ਕੇ ਆਏ ਨੇ, ਜਿਵੇਂ ਫੌਜ ਲੈ ਕੇ ਆਉਂਦੀ ਹੈ, ਤੇ JCBਆਂ ਨਾਲ ਲਿਆ ਰਹੇ ਨੇ। ਜੇ ਕਰਨਾ ਹੀ ਅੰਦੋਲਨ ਤੁਸੀਂ ਬੱਸਾਂ ਤੇ ਚਲੇ ਜਾਓ, ਟ੍ਰੇਨਾਂ ਤੇ ਚਲੇ ਜਾਓ। ਦੇਖੋ ਸਾਡੀ ਵਾਸਤੇ ਜਿਹੜੇ ਕਮਰੇ ਸਾਡੇ ਟਾਲੀਆਂ ਸਾਡੀ ਕਮਰਾ ਵਾਟ ਟਾਲੀ ਸਾਡੀ ਜਿਹੜੀ ਆ, ਤੇ ਆਪਣੇ ਕਮਰੇ ਵੀ ਰਹਿਣਾ ਪੈਣਾ ਵੀ ਹੈਗਾ ਨਾ, ਬਾਰਿਸ਼ ਪੈ ਗਈ, ਮੌਸਮ ਖਰਾਬ ਹੋ ਗਿਆ, ਫਿਰ ਵੀ ਅਸੀਂ ਟਾਲੀ ਜਾਣਾ ਪੈਣਾ ਸੀ। ਅੱਜ ਬਹੁਤ ਠੰਡ ਪੈ ਰਹੀ, ਸਾਡੀ ਲੋੜ ਹੈ, ਸਾਡੀ ਜ਼ਰੂਰਤ ਹੈ ਸਾਡੀ ਇਹ। ਸ਼ੰਭੂ ਬਾਰਡਰ 'ਤੇ ਲਗਾਤਾਰ ਅਪਡੇਟ ਦੇ ਰਹੇ ਹਾਂ, ਸਵੇਰ ਦਾ ਸਮਾਂ ਆ ਤਾਂ ਕਿਸਾਨ ਸਵੇਰ ਨਾਲ ਹੀ ਉੱਠਦਿਆਂ ਸਾਰ ਕੋਈ ਚਾਹ ਪੀ ਰਿਹਾ, ਕੋਈ ਐਕਸਰਸਾਈਜ਼ ਕਰ ਰਿਹਾ ਅਤੇ ਕੋਈ ਕੁਛ। ਤਾਂ ਅਸੀਂ ਜਦੋਂ ਇਸ ਟਰਾਲੀਆਂ ਦੇ ਕੋਲੋਂ ਲੰਘ ਰਹੇ ਸੀ ਤਾਂ ਟਰਾਲੀਆਂ ਦੇ ਵਿੱਚ ਕੀ ਚਰਚਾ ਹੋ ਰਹੀ ਹੈ, ਇਸ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਕੀ ਸੋਚਦੇ ਨੇ ਇਸ ਅੰਦੋਲਨ ਨੂੰ ਲੈ ਕੇ, ਇਸ ਬਾਰੇ ਜਾਣਕਾਰੀ ਜ਼ਰੂਰ ਲਵਾਂਗੇ। ਕਿਉਂਕਿ ਜਦੋਂ ਅਸੀਂ ਟਰਾਲੀ ਕੋਲੋਂ ਲੰਘ ਰਹੇ ਸੀ ਤਾਂ ਬਾਪੂ ਗੱਲਬਾਤ ਕਰ ਰਹੇ ਸੀ, ਮੀਟਿੰਗ ਦੀ ਵੀ ਗੱਲਬਾਤ ਕਰ ਰਹੇ ਸੀ ਅਤੇ ਆਪਸ ਦੇ ਵਿੱਚ ਚਰਚਾ ਹੋ ਰਹੀ ਸੀ। ਪਹਿਲਾਂ ਤਾਂ ਬਾਪੂ ਜੀ ਇਹੀ ਜਾਣਨਾ ਚਾਹੁੰਦੇ ਹਾਂ ਵੀ ਤੁਸੀਂ ਕੀ ਗੱਲਬਾਤ ਕਰ ਰਹੇ ਸੀ ਸਾਰੇ। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਦੱਸਾਂ, ਮੈਂ ਸਤਨਾਮ ਸਿੰਘ, ਪਿੰਡ ਸਾਡਾ ਖੋਜਕੀਪੁਰ ਜੀ, ਅਤੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਬਿਲੋਂਗ ਕਰਦਾ ਜੀ। ਜੀ, ਅਸੀਂ ਵਿਚਾਰ ਆਪਣੇ ਕਰ ਰਹੇ ਸੀ ਵੀ ਜਿਵੇਂ ਕੱਲ੍ਹ ਦੀ ਜਿਹੜੀ ਆ ਮੀਟਿੰਗ ਹੋਈ ਹੈ ਸਰਕਾਰ ਨਾਲ, ਉਹ ਕੋਈ ਲੱਗਦਾ ਵਾ ਕੋਈ ਸਿਰਦਨ ਨਹੀਂ ਉਹਦੇ ਬਾਰੇ ਸਰਕਾਰ ਹੈਗੀ। ਜੇ ਸਰਕਾਰ ਸੁਹਿਰਦ ਹੁੰਦੀ ਤੇ ਸਰਕਾਰ ਜਿਵੇਂ ਆ ਪੰਜਵੀਂ ਮੀਟਿੰਗ ਹੋਈ ਆ, ਸਰਕਾਰ ਕੁਛ ਨਾ ਕੁਛ ਦੱਸਦੀ ਵੀ ਅਸੀਂ ਆਹ ਤੁਹਾਨੂੰ ਦੇਵਾਂਗੇ ਆਹ ਨਾ ਦੇਵਾਂਗੇ। ਹੁਣ ਸਾਡੀ ਜਥੇਬੰਦੀ ਵੱਲੋਂ ਅਗਲਾ ਐਲਾਨ ਰੱਖਿਆ ਗਿਆ 21 ਫਰਵਰੀ ਨੂੰ 11 ਵਜੇ ਕੋਈ ਸਰਕਾਰ ਸਾਡੀ ਜਥੇਬੰਦੀ ਐਲਾਨ ਕਰੂਗੀ, ਸਾਰੀਆਂ ਜਥੇਬੰਦੀਆਂ ਜਿੰਨਾ ਫੋਰਮ, ਦੋ ਫੋਰਮ ਵੱਡੇ ਜਿਹੜੇ ਆ, ਉਹ ਜਿਹੜਾ 11 ਵਜੇ ਐਲਾਨ ਕਰਨਗੇ। ਬਾਕੀ ਅਸੀਂ ਆਪਣੇ ਵਿਚਾਰ ਇਹ ਕਰ ਰਹੇ ਸੀ ਵੀ ਜਿੰਨਾ ਵੇਖੋ ਸਾਡੀਆਂ ਦੋ ਵੱਡੇ ਵੱਡੇ ਕੰਮ ਗਾ ਵਾ, ਇੱਕ MSP ਗਰੰਟੀ ਕਾਨੂੰਨ ਅਤੇ ਦੂਸਰਾ ਜਿਹੜਾ ਵਾ ਜਿੰਨਾ ਕਰਜ਼ਾ ਸਮੁੱਚਾ ਪੰਜਾਬ ਦੇ ਸਿਰ, ਇਹ ਕਰਜ਼ਾ ਸਾਡੇ ਕਿਸਾਨਾਂ ਨੇ ਆਪਣੇ ਸਿਰ ਨਹੀਂ ਚੜਾਇਆ, ਸਰਕਾਰ ਦੀ ਬਦਨੀਤੀ ਨਾਲ, ਸਰਕਾਰ ਦੀਆਂ ਮਾਰੂ ਨੀਤੀਆਂ ਨਾਲ ਇਹ ਕਰਜ਼ਾ ਸਾਰੇ ਕਿਸਾਨਾਂ ਸਿਰ ਚੜਿਆ ਵਾ। ਜਿਹੜਾ ਕਰਜ਼ਾ ਸਾਡੇ ਕਰਜ਼ੇ ਦਾ ਭਾਰ ਸਾਡੇ ਕਿਸਾਨਾਂ ਨੂੰ ਬਿਲ ਦਿਨ ਦਿਨ ਜਿਹੜਾ ਉਹ ਨੱਪਦਾ ਜਾ ਰਿਹਾ। ਦੂਜੀ ਇਹਦਾ ਕੀ MSP ਗਰੰਟੀ ਕਾਨੂੰਨ, ਜੇ ਸਾਨੂੰ ਫਸਲ ਦੇ ਭਾਅ ਸਾਨੂੰ ਪੂਰੇ ਮਿਲਣ ਤੇ ਉਹਦੇ ਨਾਲ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ। ਸਾਡੇ ਫਸਲ ਦੇ ਭਾਅ ਸਾਨੂੰ ਨਹੀਂ ਮਿਲਦੇ ਬਰਾਬਰ, ਫਿਰ ਸਾਨੂੰ ਸਿਰਫ ਦੋ ਫਸਲਾਂ ਦੀ MSP ਗਰੰਟੀ ਮਿਲਦੀ ਆ, ਕਣਕ ਦੇ ਝੋਨੇ ਤੇ, ਜਿਹੜਾ ਅਸੀਂ ਇਹਦੇ ਬਾਹਰ ਨਿਕਲਣਾ ਚਾਹੁੰਦੇ ਹਾਂ। ਝੋਨੇ ਨਾਲ ਸਾਡਾ ਜਿਹੜਾ ਪੰਜਾਬ ਬਿਲਕੁਲ ਸਾਡਾ ਬਰਬਾਦ ਹੋ ਰਿਹਾ, ਸਾਡਾ ਜ਼ਮੀਨੀ ਪਾਣੀ ਜਿਹੜਾ ਅਸੀਂ ਜਲੋ ਵਰਤੀ ਜਾ ਰਹੇ ਹਾਂ, ਨਹਿਰੀ ਪਾਣੀ ਸਾਨੂੰ ਮਿਲਦੇ ਨਹੀਂ ਪ੍ਰੋਪਰ, ਤੇ ਜਿਹੜਾ ਵਾ ਉਹ ਚੋਂ ਗੱਡੀ ਕੱਟ ਕੇ ਉਹੀ ਸਿਰਫ ਆਪਣੇ ਖਾਣ ਜੋਗੀ ਬੀਜਣੀ ਚਾਹੁੰਦੇ ਹਾਂ, ਤੇ ਅਸੀਂ ਫਸਲਾਂ ਹੋਰ ਲਾ ਕੇ ਜੇ ਸਾਨੂੰ MSP ਗਰੰਟੀ ਕਾਨੂੰਨ ਮਿਲਦਾ ਵਾ ਤਾਂ ਫਸਲਾਂ ਤੇ ਅਸੀਂ ਆਪਣੀਆਂ ਦਾਲਾਂ ਲਾਵਾਂਗੇ, ਅਸੀਂ ਹੋਰ ਆਪਣੀ ਫਸਲਾਂ ਬੀਜਾਂਗੇ, ਉਹਦੇ ਵਿੱਚੋਂ ਅਸੀਂ ਆਪਣਾ ਬਾਹਰ ਨਿਕਲਾਂਗੇ। ਨਹੀਂ ਤਾਂ 100 ਰੁਪਏ ਕਿਲੋ ਦਾਲ ਤਾਂ ਆਪਾਂ ਦੁਕਾਨਾਂ ਤੇ ਚਲ ਜਾਂਦੇ ਤਾਂ ਮਿਲਦੀ ਹੈਗੀ ਆ, ਤਾਂ ਵਾਕਿਆ ਹੀ ਪੰਜਾਬ ਕਿਉਂ ਨਹੀਂ ਉਗਾ ਸਕਦਾ ਜੇ ਬਾਹਰੋਂ ਖਾ ਸਕਦਾ ਤਾਂ। ਬਿਲਕੁਲ ਜੀ, ਸਾਡੀ ਅਸੀਂ ਆਪਣੇ ਮਾਂਹ ਲਾਉਂਦੇ ਹਾਂ, ਸਾਡੇ ਮਾਂਹ 50 ਰੁਪਏ ਕਿਲੋ ਨਹੀਂ ਵਿਕਦੇ।
ਸਾਡੇ ਮਾਨਦੇ ਆ ਵੀ ਇਹ ਮਾੜੇ ਆ, ਇਹਦੀ ਚਮਕ ਨਹੀਂ ਹੈਗੀ ਇਹਨਾਂ ਦੀ, ਇਹਨੂੰ ਆਹ ਹੋਇਆ, ਇਹਨੂੰ ਜੇ ਹੋਇਆ, ਮਸਰ ਲਾਉਣੇ ਆ ਉਹਨੂੰ। ਜੇ ਕਿਸਾਨ ਬੀਜ ਵੀ ਲੈਂਦਾ ਤਾਂ ਵੀ ਨੁਕਸ ਨਿਕਲਦਾ। ਹਾਂਜੀ ਹਾਂਜੀ, ਤਾਂ ਵੀ ਜੇ ਬੀਜਦਾ ਤਾਂ ਵੀ ਨੁਕਸ ਨਿਕਲਦੀ ਆ। ਜੇ ਸਾਨੂੰ MSP ਗਰੰਟੀ ਮਿਲਦੀ ਹੋਵੇ, ਸਾਨੂੰ ਪਤਾ ਵੀ ਸਾਡੇ ਮਾਂਹ 70 ਰੁਪਏ ਕਿਲੋ ਵਿਕਣੇ ਆ, ਤਾਂ ਅਸੀਂ ਵੱਧ ਤੋਂ ਵੱਧ ਆਪਣੇ ਮਾਂਹ ਬੀਜਾਂਗੇ, ਸਾਨੂੰ ਫਸਲੀ ਚੱਕਰ 'ਚ ਅਸੀਂ ਬਾਹਰ ਨਿਕਲਾਂਗੇ ਜੀ। ਹਾਂਜੀ, ਅਤੇ ਬਾਪੂ ਜੀ, ਨੁਕਸਾਨ ਜਦੋਂ ਅਸੀਂ ਗੱਲ ਕਰਦੇ ਹਾਂ ਕਿੰਨਾ ਕੁ ਹੋ ਰਿਹਾ ਪੰਜਾਬ ਦਾ, ਜੇ ਇਸ ਅੰਦੋਲਨ ਦੀ ਹੀ ਗੱਲ ਕਰੀਏ ਜਾਂ ਆਪਾਂ ਵਾਧੇ ਘਾਟੇ ਦੀ ਗੱਲ ਕਰਦੇ ਹਾਂ, ਵੀ ਜੇ MSP ਨਹੀਂ ਮਿਲਦੀ ਤਾਂ ਕਿੰਨਾ ਨੁਕਸਾਨ ਆ, ਜੇ ਮਿਲ ਜਾਏਗੀ ਤਾਂ ਕਿੰਨਾ ਖੁਸ਼ਹਾਲ ਹੋ ਜਾਊਗਾ ਕਿਸਾਨ। ਵੇਖੋ ਜੀ, ਜੇ ਤਾਂ MSP ਗਰੰਟੀ ਨਹੀਂ ਮਿਲਦੀ ਤਾਂ ਕਿਸਾਨ ਵੇਖੋ ਅੱਗੇ ਦਲਦਲ 'ਚ ਨੱਪਿਆ ਪਿਆ ਵਾ ਅਤੇ ਹੋਰ ਦੱਬਿਆ ਜਾਊਗਾ। ਜੇ MSP ਗਰੰਟੀ ਕਾਨੂੰਨ ਮਿਲਦਾ ਵਾ ਅਤੇ ਇਹ ਚੀਜ਼ ਦੀ ਗਰੰਟੀ ਆ ਵੀ ਹਰੇਕ, ਭਾਵੇਂ ਉਹ ਕਿਸਾਨ ਆ ਭਾਵੇਂ ਮਜ਼ਦੂਰ ਆ, ਉਹ ਖੁਸ਼ਹਾਲ ਹੋਊਗਾ, ਉਹਦੀਆਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਹੋਣਗੀਆਂ, ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾ ਲਿਖਾ ਸਕੂਗਾ, ਸਾਡੇ ਬੱਚੇ ਜਿਹੜੇ ਬਾਹਰ ਨੂੰ ਭੱਜਦੇ ਉਹ ਬਾਹਰ ਨਾ ਭੱਜਣਗੇ, ਅਤੇ ਜਿਹੜੇ ਬੱਚੇ ਇੱਥੇ ਰਹਿਣ ਡਏ ਆ ਉਹਨਾਂ ਨੂੰ ਚੰਗੀ ਆ। ਵੇਖੋ ਜਦੋਂ ਫਸਲ ਦਾ ਭਾਅ ਪੂਰਾ ਮਿਲ ਗਿਆ, ਸਾਡੇ ਜਿਹੜੇ ਜਨਜੀਵਨ ਸਾਡਾ ਉੱਚਾ ਉੱਠੂਗਾ। ਜੇ ਇੱਥੋਂ ਅਸੀਂ ਨਹੀਂ ਜਿੱਤ ਕੇ ਜਾਂਦੇ, ਮੰਨ ਲਓ ਜੇ ਜਿੱਤ ਕੇ ਨਹੀਂ ਜਾਂਦੇ, ਸਾਡਾ ਬਹੁਤ ਵੱਡਾ ਨੁਕਸਾਨ ਇਹ ਚੀਜ਼ ਦਾ। ਜਿੰਨਾ ਹੀ ਸਾਡੇ ਵੇਖੋ ਲੋਕ ਘਰਾਂ ਤੋਂ ਟਰੈਕਟਰ ਲੈ ਕੇ ਆਏ ਆ, ਆਪਣਾ ਕੰਮ ਕਾਰ ਛੱਡ ਕੇ ਸਾਰਾ ਆਏ ਆ, ਜੇ ਆਪਾਂ ਨਹੀਂ ਲੈ ਕੇ ਬੰਦ ਲਓ ਜਾਂਦੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆ। ਬਾਕੀ ਦੂਜੀ ਗੱਲ ਇਹ ਵੀ ਅਸੀਂ ਇੱਥੋਂ ਜਾਵਾਂਗੇ ਜਿੱਤ ਕੇ, ਜੇ ਸਰਕਾਰ ਬਣਦੀ ਆ ਤਾਂ ਵੀ ਠੀਕ, ਨਾ ਮੰਨਦੇ ਤਾਂ ਦਿੱਲੀ ਕੂਚ ਕਰਾਂਗੇ। ਸਾਡਾ ਇਹ ਲੜਾਈ ਅੰਤਮ ਲੜਾਈ ਹੋ ਨਿਬੜੂ ਸਾਡੀ ਨਿਊ ਅਡੈਕਟਰ ਨਾਲ। ਠੀਕ ਹੈ, 5 ਮੀਟਿੰਗਾਂ ਹੋ ਗਈਆਂ, ਪੰਜਾਬ ਪ੍ਰਤੀ ਸੁਹਿਰਦਨੀ ਨਜ਼ਰ ਆ ਰਹੀ ਸਰਕਾਰ, ਹਾਂਜੀ, ਤਾਂ ਫਿਰ ਕੀ ਲੱਗਦਾ ਤੁਹਾਨੂੰ, ਲਾਰੀ ਲਾ ਰਹੀ ਹੈ? ਵੇਖੋ ਜੀ, ਸਰਕਾਰ ਤਾਂ ਅੱਗੇ ਲਾਰੀ ਲਾਉਂਦੀ ਰਹੀ ਸ਼ੁਰੂ ਤੋਂ, ਅੱਜ ਵੀ ਸਰਕਾਰ ਲਾਰੀ ਲਾ ਰਹੀ ਹੈ। ਜੇ ਸਰਕਾਰ ਸੁਰਦ ਹੋਵੇ ਅਤੇ ਸਰਕਾਰ ਜਦੋਂ ਇਹ ਮਹੀਨਾ ਪਹਿਲਾਂ ਦੱਸਦਾ ਵੀ ਅਸੀਂ ਦਿੱਲੀ ਜਾਣਾ 13 ਫਰਵਰੀ ਨੂੰ, ਅਤੇ ਸਰਕਾਰ ਨੂੰ ਇਸ ਬਾਰੇ ਸਰਕਾਰ ਸੋਚੀ, ਸਰਕਾਰ ਨੇ ਭੋਰਾ ਵੀ ਨਹੀਂ ਸੋਚਿਆ ਸਾਡੇ ਬਾਰੇ ਵੀ ਕਿਸਾਨਾਂ ਨੇ, ਉਹਨਾਂ ਕਿਸਾਨਾਂ ਬਾਰੇ ਗੱਲਬਾਤ ਕਰੀਏ ਜੀ। ਹਾਂਜੀ, ਬਾਪੂ ਸਵੇਰੇ ਸਵੇਰੇ ਜਦੋਂ ਟਰਾਲੀ 'ਚ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ, ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ, ਸਵੇਰੇ ਸਵੇਰੇ ਉੱਠ ਕੇ ਪਾਵਰ ਕਿੱਥੋਂ ਮਿਲਦੀ ਹੈਗੀ ਆ, ਕੀ ਇਸ ਸ਼ੰਭੂ ਬਾਰਡਰ 'ਤੇ ਬਰੂਹਾਂ 'ਤੇ ਬੈਠ ਕੇ ਜਿਹੜਾ ਉਹ ਸੋਚਿਆ ਜਾ ਰਿਹਾ ਇਸ ਅੰਦੋਲਨ ਦੇ ਬਾਰੇ? ਵੇਖੋ ਜੀ, ਸਾਡੇ ਗੁਰੂ ਨਾਨਕ ਸਾਹਿਬ ਸਾਨੂੰ ਦੱਸਿਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਦੇ ਹਾਂ, ਰੱਬ ਦਾ ਨਾਂ ਲੈਂਦੇ ਹਾਂ, ਉਸ ਤੋਂ ਬਾਅਦ ਇੱਥੇ ਬੈਠੀ ਉਹਦੇ ਬਾਰੇ ਸੋਚਦੇ ਵੀ ਇਹਦੇ ਬਾਰੇ ਅੱਗੇ ਕੀ ਹੋਊਗਾ ਜੀ, ਕੀ ਕਰਾਂਗੇ ਅੱਗੇ। ਹਾਂਜੀ, ਸਾਰੇ ਬਾਰੇ ਵਿਚਾਰ ਕਰਨ ਡਏ ਆ, ਸਾਰੇ ਸਾਡੇ ਕਿਸਾਨ ਆਗੂ ਬੈਠੇ, ਸਾਰੇ ਸਾਰੇ ਵਿਚਾਰਾਂ ਕਰਨ ਡਿਆ ਵੀ ਹੁਣ ਅੱਗੇ ਕੀ ਬਣਨਾ ਵਾ। ਆਪਣੇ ਪਿੰਡਾਂ ਦੀਆਂ ਮੀਟਿੰਗਾਂ ਲਾਉਣ ਡਏ ਆ ਵੀ ਅਸੀਂ ਪਿੰਡਾਂ ਬਾਰੇ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ, ਲੋਕਾਂ ਨੂੰ ਕਿਸੇ ਦੇ ਮਨ ਵਿੱਚ ਸ਼ੰਕਾ ਨਾ ਹੋਵੇ ਵੀ ਅਸੀਂ ਜਿੱਤ ਕੇ ਨਹੀਂ ਜਾਣਾ, ਆਏ ਆ ਤੇ ਜਿੱਤ ਕੇ ਜਾਵਾਂਗੇ। ਹਾਂਜੀ, ਬਿਲਕੁਲ ਜੀ, ਕੋਈ ਨੈਗੇਟਿਵ ਨਾ ਹੋਵੇ। ਹਾਂਜੀ, ਨੈਗੇਟਿਵਿਟੀ ਨਹੀਂ ਆਉਣ ਦੇਣੀ ਕਿਸੇ ਵਿੱਚ ਵੀ। ਹਾਂਜੀ, ਸਾਡਾ ਜਿਹੜਾ ਸੰਕਲਪ ਆ 40 ਗੱਲਾਂ ਦਾ ਉਹ ਬਰਕਰਾਰ ਰੱਖਾਂਗੇ ਜੀ। ਹਾਂਜੀ, ਤੇ ਰੂਟੀਨ ਕੀ ਹੈ ਸਵੇਰ ਦਾ, ਮਤਲਬ ਕਿ ਇਸ ਅੰਦੋਲਨ ਨੂੰ ਚਲਾਉਣ ਦੇ ਲਈ, ਜੇ ਆਪਾਂ ਗੱਲ ਕਰਦੇ ਹਾਂ ਵੀ ਇਹ ਸੰਘਰਸ਼ ਕਿਵੇਂ ਵਿੱਢੇ ਜਾਂਦੇ ਨੇ ਅਤੇ ਕਿਵੇਂ ਲੜੇ ਜਾਂਦੇ ਨੇ ਅਤੇ ਕਿਵੇਂ ਜਿਹੜੀ ਰਣਨੀਤੀ ਬਣਾਈ ਜਾਂਦੀ ਆ ਸਵੇਰੇ ਤੋਂ ਲੈ ਕੇ ਸ਼ਾਮ ਤੱਕ, ਕੀ ਇਹੋ ਜਿਹਾ ਇਸ ਅੰਦੋਲਨਾਂ 'ਚ ਚੱਲਦਾ ਆ? ਵੇਖੋ ਜੀ, ਸਾਰੇ ਅੰਦੋਲਨਾਂ 'ਚ ਸਾਰੇ ਗੁਰੂ ਘਰ ਇੱਥੇ ਰੱਬ ਦਾ ਨਾਂ ਲੈਂਦੇ, ਸਾਰੇ ਜਿੰਨੇ ਹੈਗੇ ਲਗਭਗ, ਉਸ ਤੋਂ ਬਾਅਦ ਲੰਗਰ ਵਾਲੇ ਲੰਗਰ ਲੈ ਕੇ ਆਉਂਦੇ ਆ, ਉਹ ਲੰਗਰ ਚੱਲਦਾ, ਚਾਹ ਪਾਣੀ ਲੋਕ ਛਕਦੇ ਆ, ਚਾਹ ਪਾਣੀ ਪੀਣ ਤੋਂ ਬਾਅਦ ਲੋਕ ਫਿਰ ਅੱਗੇ ਉੱਥੇ ਜਾਂਦੇ, ਵਰਤਦੇ ਜਾਂਦੇ ਆ, ਅਤੇ ਸਾਰਾ ਦਿਨ ਇਹ ਵਿਚਾਰਾ ਚੱਲਣਗਾ ਵੀ ਅੱਗੇ ਅੱਗੇ ਕਿਵੇਂ ਜਾਣਾ, ਦਿੱਲੀ ਕਿਵੇਂ ਪਹੁੰਚਣਾ। ਅਸੀਂ ਸਭ ਤੋਂ ਵੱਡੀ ਗੱਲ ਜਿਹੜੀ ਉਹ ਦਿੱਲੀ ਜਾਣ ਦੀ ਆ ਸਾਡੀ। ਓਕੇ, ਮਤਲਬ ਕਿ ਮਾਈਂਡ ਸੈਟਅਪ ਆ ਕਿ ਹਾਂਜੀ ਦਿੱਲੀ, ਉਹ ਦਿੱਲੀ ਦਿੱਲੀ ਵਾਸਤੇ ਹੋ ਗਿਆ ਜੀ ਬਸ। ਹਾਂਜੀ, ਉੱਥੇ ਜਾ ਕੇ ਕੀ ਕਰੋਗੇ ਜੇ ਤੁਹਾਡੀਆਂ ਮੰਗਾਂ ਇੱਥੇ ਮੰਨੀਆਂ ਜਾਣਗੀਆਂ? ਵੇਖੋ ਜੀ, ਉੱਥੇ ਜਾ ਕੇ ਸਾਡੀ ਅਸੀਂ ਪਹਿਲੋਂ ਮੀਟਿੰਗ ਸਾਡੀ ਲੱਗਦੀ, ਇੱਥੇ ਅਸੀਂ ਆਪਣੀ ਲੋਕਲ ਮੀਟਿੰਗ ਲਾਉਂਦੇ ਹਾਂ, ਉਸ ਤੋਂ ਬਾਅਦ ਸਾਡੀ ਜ਼ਿਲ੍ਹੇ 'ਚ ਮੀਟਿੰਗ, ਸਾਡੀ ਜ਼ਿਲ੍ਹੇ 'ਚ ਮੀਟਿੰਗ ਲੱਗਣੀ, ਉਸ ਤੋਂ ਬਾਅਦ ਸੂਬੇ ਮੀਟਿੰਗ ਲੱਗਣੀ ਆ, ਉਹਦੇ ਵਿੱਚ ਅਸੀਂ ਆਪਣੇ ਵਿਚਾਰਾਂ ਕਰਨ ਤੋਂ ਬਾਅਦ ਫਿਰ ਅਸੀਂ ਜਿਹੜਾ ਅੱਗੇ ਜਿਵੇਂ ਆਪਣਾ ਤੁਰਦੇ ਹਾਂ। ਬਾਪੂ ਜੀ, ਪਹਿਲਾਂ ਅੰਦੋਲਨ ਚੱਲਿਆ ਸੀ, ਹਾਂਜੀ, 2020 ਦੀ ਗੱਲ ਕਰਦੇ ਹਨਾ, ਹਾਂਜੀ ਹਾਂਜੀ, ਤਾਂ ਟੈਗ ਉਦੋਂ ਵੀ ਦਿੱਤੇ ਗਏ ਖਾਲਿਸਤਾਨੀ ਆ, ਅੱਤਵਾਦੀ ਆ, ਹੁਣ ਵੀ ਦਿੱਤੇ ਜਾ ਰਹੇ ਨੇ, ਤੇ ਉਹ ਕਹਿੰਦੇ ਆ ਕਿ ਇਸ ਵਾਰੀ ਜਿਹੜਾ ਢੰਗ ਹੈਗਾ ਕਿਸਾਨਾਂ ਦਾ ਉਹ ਸਹੀ ਨਹੀਂ ਹੈਗਾ ਅੰਦੋਲਨ ਕਰਨ ਦਾ।
ਵੇਖੋ ਜੀ, ਇਹ ਤੇ ਉਹਨਾਂ ਦੇ ਆਪਣੀ ਸੋਚ ਆ ਨਾ, ਸਾਡਾ ਢੰਗ ਉਹ ਹੀ ਆ। ਅਸੀਂ ਆਪਣੇ ਜਿਹੜੇ ਆ ਸ਼ਾਦਮੀ ਬੈਠੇ ਆ, ਸ਼ਾਦਮੀ ਅੱਗੇ ਜਾਣਾ ਵਾ। ਉਹਨਾਂ ਦੇ ਟਰੈਕਟਰ ਟਰਾਲੀਆਂ ਇਸ ਵਾਰੀ ਰਾਸ਼ਨ ਭਰ ਕੇ ਲੈ ਕੇ ਆਏ ਨੇ, ਜਿਵੇਂ ਫੌਜ ਲੈ ਕੇ ਆਉਂਦੀ ਹੈ, ਅਤੇ JCBਆਂ ਨਾਲ ਲਿਆ ਰਹੇ ਨੇ। ਜੇ ਕਰਨਾ ਹੀ ਅੰਦੋਲਨ, ਤੁਸੀਂ ਬੱਸਾਂ 'ਤੇ ਚਲੇ ਜਾਓ, ਟ੍ਰੇਨਾਂ 'ਤੇ ਚਲੇ ਜਾਓ। ਦੇਖੋ ਸਾਡੇ ਵਾਸਤੇ ਜਿਹੜੇ ਕਮਰੇ ਸਾਡੇ ਟਾਲੀਆਂ ਸਾਡੀ ਕਮਰਾ ਵਾ ਟਾਲੀ ਸਾਡੀ ਜਿਹੜੀ ਆ, ਅਤੇ ਆਪਣੇ ਕਮਰੇ ਵੀ ਰਹਿਣਾ ਪੈਣਾ ਵੀ ਹੈਗਾ ਨਾ। ਬਾਰਿਸ਼ ਪੈ ਗਈ, ਮੌਸਮ ਖਰਾਬ ਹੋ ਗਿਆ, ਫਿਰ ਵੀ ਅਸੀਂ ਟਾਲੀ ਜਾਣਾ ਪੈਣਾ ਸੀ। ਅੱਜ ਬਹੁਤ ਠੰਡ ਪੈ ਰਹੀ, ਸਾਡੀ ਲੋੜ ਹੈ, ਸਾਡੀ ਜ਼ਰੂਰਤ ਹੈ ਸਾਡੀ ਇਹ। ਬਾਕੀ ਇਹਦੀ ਰਾਸ਼ਨ ਲਈ ਰਾਸ਼ਨ ਹੀ ਕੋਲ ਲੈ ਕੇ ਆਪਣਾ ਛਕਣਾ ਨਹੀਂ, ਰਾਸ਼ਨ ਰਾਸ਼ ਖਾਵਾਂਗੇ ਨਾ। ਇਸ ਕਰਕੇ ਅਸੀਂ ਆਪਣੇ ਰਾਸ਼ਨ ਕੋਲ ਲੈ ਕੇ ਆਉਂਦੇ ਹਾਂ, ਅਤੇ ਆਪਣਾ ਰਾਸ਼ਨ ਅਸੀਂ ਆਪਣਾ ਜਮ੍ਹਾਂ ਰੱਖਦੇ ਹਾਂ। ਬਾਕੀ ਲੱਗੇ ਲੰਗਰ ਲੱਗੇ ਆ, ਗੁਰੂ ਦੀ ਕਿਰਪਾ ਵਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਥੋੜ੍ਹ ਨਹੀਂ ਕਿਸੇ ਚੀਜ਼ ਦੀ ਹੈਗੀ। ਹਾਂਜੀ ਬਿਲਕੁਲ। ਸੋ ਬਹੁਤ ਧੰਨਵਾਦ। ਤੁਸੀਂ ਦੇਖ ਸਕਦੇ ਹੋ ਟਰਾਲੀਆਂ ਦੇ ਵਿੱਚ ਕਿਵੇਂ ਜੋਸ਼ ਭਰਿਆ ਜਾ ਰਿਹਾ ਨੌਜਵਾਨਾਂ ਦੇ, ਬਜ਼ੁਰਗਾਂ ਦੇ ਵਿੱਚ, ਤਾਂ ਜੋ ਕੋਈ ਵੀ ਇੱਥੇ ਨੈਗੇਟਿਵ ਨਾ ਹੋਵੇ, ਹਮੇਸ਼ਾ ਪੋਜ਼ਿਟਿਵ ਹੀ ਚੱਲੇ। ਵੀ ਜੇ ਟੀਚਾ ਮਿੱਥਿਆ ਹੋਇਆ ਦਿੱਲੀ ਜਾਣ ਦਾ, MSP ਦੀਆਂ ਮੰਗਾਂ ਮਨਵਾਉਣ ਦਾ, ਤਾਂ ਕਿਤੇ ਨਾ ਕਿਤੇ ਕੋਈ ਵੀ ਇਸ ਚੀਜ਼ ਤੋਂ ਢਿੱਲ ਨਾ ਛੱਡੇ, ਇਹੀ ਮਨ ਦੇ ਵਿੱਚ ਜਿਹੜਾ ਕਿ ਉਹ ਸੈੱਟ ਕਰਕੇ ਬੈਠੇ। ਸੋ ਅਸੀਂ ਦੇਖਿਆ ਕਿ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਚੜ੍ਹਦੀ ਕਲਾ ਜਿਹੜੀ ਦੇਖਣ ਨੂੰ ਮਿਲਦੀ ਆ, ਤਾਂ ਉਹ ਗੁਰੂਆਂ ਦੇ ਸਿਧਾਂਤ ਤੋਂ ਮਿਲਦੀ ਹੈ। ਕਹਿੰਦੇ ਸਵੇਰੇ ਉੱਠਦੇ ਹਾਂ, ਨਾਮ ਬਾਣੀ ਪੜ੍ਹਦੇ ਹਾਂ, ਅਤੇ ਫਿਰ ਹੀ ਸਾਡੀ ਸ਼ੁਰੂਆਤ ਹੁੰਦੀ ਹੈ। ਲੰਗਰ ਪਾਣੀ ਪ੍ਰਸ਼ਾਦਾ ਬਾਅਦ 'ਚ ਛਕਿਆ ਜਾਂਦਾ ਆ। ਅਤੇ ਜੇ ਅੰਦੋਲਨ ਦੀ ਅਸੀਂ ਕਤਾਰਾਂ ਦੀ ਗੱਲ ਕਰੀਏ, ਅੰਦੋਲਨ ਕਿੰਨਾ ਲੰਬਾ ਆ, ਤਕਰੀਬਨ 10-12 ਕਿਲੋਮੀਟਰ ਦੀ ਦੂਰੀ 'ਤੇ ਕਿਸਾਨਾਂ ਦੀਆਂ ਟਰਾਲੀਆਂ ਖੜ੍ਹੀਆਂ ਹੋਈਆਂ ਨੇ। ਪੂਰੇ ਇਸ 10-12 ਕਿਲੋਮੀਟਰ ਦੀ ਦੂਰੀ 'ਤੇ ਕਿਸਾਨ ਵਿਚਰਦੇ ਨੇ ਆਪਣੇ ਕੰਮਕਾਰ, ਜੋ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਉਹਨਾਂ ਦੇ ਹੁੰਦੇ ਨੇ ਉਹ ਕਰਦੇ ਨੇ, ਤਾਂ ਇਸ ਤਰ੍ਹਾਂ ਹੀ ਆਪਣਾ ਅੰਦੋਲਨ ਜਿਹੜਾ ਉਹ ਕਰ ਰਹੇ ਨੇ। ਜੁੜੇ ਰਹੇ ਰੋਜ਼ਾਨਾ ਸਪੋਕਸਮੈਨ ਦੇ ਨਾਲ। ਧੰਨਵਾਦ।